ਤੁਸੀਂ ਚੱਕਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਹਰ ਸਿਆਸੀ ਪਾਰਟੀ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਇਸ ਨੂੰ ਦੇਖਦੇ ਹੋਏ ਸਿਆਸੀ ਗਤੀਵਿਧੀਆਂ ਜਿਹੜੀਆਂ ਨੇ ਉਹ ਵੀ ਵੱਧ ਗਈਆਂ ਨੇ ਪੰਜਾਬ ਦੇ ਵਿੱਚ ਇੱਕ ਪਾਸੇ ਐਸਵਾਈਐਲ ਦਾ ਮੁੱਦਾ ਤੂਲ ਫੜਦਾ ਜਾ ਰਿਹਾ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਿਵੇਂ ਘੇਰਾਬੰਦੀ ਕਰਨੀ ਹੈ ਤੇ ਭਾਜਪਾ ਕਿਸ ਤਰੀਕੇ ਨਾਲ ਐਸਵਾਈਐਲ ਦੇ ਮੁੱਦੇ ਦੇ ਉੱਤੇ ਆਪਣੇ ਆਪ ਨੂੰ ਪੇਸ਼ ਕਰੇਗੀ ਕਿਉਂਕਿ ਇੱਕ ਨੈਸ਼ਨਲ ਲੈਵਲ ਦੀ ਪਾਰਟੀ ਹੈ ਕੇਂਦਰ ਵਿੱਚ ਸਰਕਾਰ ਹੈ ਹਰਿਆਣਾ ਵਿੱਚ ਸਰਕਾਰ ਹੈ ਇਸ ਨੂੰ ਲੈ ਕੇ ਹੁਣ ਅੰਦਰ ਖਾਤੇ ਚਰਚਾ ਭਾਜਪਾ ਦੇ ਵਿੱਚ ਵੀ ਸ਼ੁਰੂ ਹੋ ਚੁੱਕੀ ਹੈ ਸੁਨੀਲ ਜਾਖੜ ਭਾਜਪਾ ਦੇ ਪੰਜਾਬ ਪ੍ਰਧਾਨ ਨੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਹੰਗਾਮੀ ਕੋਰ ਕਮੇਟੀ ਦੀ ਬੈਠਕ ਸੱਦੀ ਹੈ ਕੋਰ ਕਮੇਟੀ ਦੀ ਇਸ ਬੈਠਕ ਦੇ ਵਿੱਚ 2024 ਦੀਆਂ ਤਿਆਰੀਆਂ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਹੈ ਇਹ ਚਰਚਾ ਉਦੋਂ ਵੀ ਖਾਸ ਹੋ ਜਾਂਦੀ ਹੈ ਜਦੋਂ ਐਸਵਾਈਐਲ ਵਰਗਾ ਮੁੱਦਾ ਸਾਹਮਣੇ ਹੋਵੇ ਭਾਜਪਾ ਦੇ ਜੇਕਰ ਗੱਲ ਕਰੀਏ ਆਪਾਂ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਤਾਂ ਉਸ ਵੇਲੇ ਕਿਸਾਨ ਅੰਦੋਲਨ ਦਾ ਰੋਹ ਇੰਨਾ ਸੀਗਾ ਕਿ ਭਾਜਪਾ ਨੂੰ ਮੂੰਹ ਦੀ ਖਾਣੀ ਪਈ ਸੀਗੀ ਅਤੇ ਇਸ ਵਾਰ ਜੇਕਰ ਐਸਵਾਈਐਲ ਦਾ ਮੁੱਦਾ ਭਾਂਬੜ ਬਣ ਕੇ ਉੱਠਦਾ ਹੈ ਤਾਂ ਉਸ ਮਾਮਲੇ ਦੇ ਵਿੱਚ ਜੇਕਰ ਸਭ ਤੋਂ ਵੱਧ ਕਿਸੇ ਪਾਰਟੀ ਨੂੰ ਨੁਕਸਾਨ ਹੋਵੇਗਾ ਤਾਂ ਉਹ ਭਾਜਪਾ ਨੂੰ ਹੋਣ ਵਾਲਾ ਹੈ ਜਿਸ ਨੂੰ ਲੈ ਕੇ ਭਾਜਪਾ ਨੇ ਹੁਣ ਤੋਂ ਹੀ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਅੰਦਰ ਖਾਤੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਕੋਰ ਕਮੇਟੀ ਦੀ ਬੈਠਕ ਹੋਣੀ ਹੈ 2024 ਇਲੈਕਸ਼ਨ ਨੂੰ ਲੈ ਕੇ ਰਣਨੀਤੀ ਜਿਹੜੀ ਹੈ ਉਹ ਘੜੀ ਜਾ ਰਹੀ ਹੈ ਬੀਤੇ ਦਿਨੀ ਕਾਂਗਰਸ ਤੋਂ ਭਾਜਪਾ ਵਿੱਚ ਗਏ ਕਈ ਲੀਡਰ ਜਿਹੜੇ ਨੇ ਉਹ ਮੁੜ ਵਾਪਸ ਭਾਵੇਂ ਡਾਕਟਰ ਰਾਜ ਕੁਮਾਰ ਵੇਰਕਾ ਦੀ ਗੱਲ ਕਰ ਲਈਏ ਜਾਂ ਬਾਜਵਾ ਭਰਾਵਾਂ ਦੀ ਗੱਲ ਕਰ ਲਈਏ ਉਹ ਹੁਣ ਵਾਪਸ ਜਦੋਂ ਕਾਂਗਰਸ ਦੇ ਵਿੱਚ ਆਏ ਨੇ ਉਸ ਚੀਜ਼ ਨੇ ਹੋਰ ਹਲਚਲ ਅਤੇ ਹੋਰ ਸਿਰਦਰਦੀ ਜਿਹੜੀ ਹੈ ਉਹ ਪੰਜਾਬ ਭਾਜਪਾ ਦੀ ਵਧਾ ਦਿੱਤੀ ਹੈ ਜਿਸ ਦੇ ਚੱਲਦੇ ਹੁਣ ਭਾਜਪਾ ਪੱਬਾਂ ਭਾਰ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਨਵੀਂ ਰਣਨੀਤੀ ਘੜਨ ਵਾਸਤੇ ਅੱਜ ਦੀ ਇਹ ਮੀਟਿੰਗ ਬੇਹੱਦ ਖਾਸ ਹੋਣ ਵਾਲੀ ਹੈ ਸੋ ਪੰਜਾਬ ਭਾਜਪਾ ਨੇ ਮੀਟਿੰਗ ਸੱਦੀ ਹੈ ਸੁਨੀਲ ਜਾਖੜ ਉਸ ਮੀਟਿੰਗ ਦੀ ਅਗਵਾਈ ਕਰ ਰਹੇ ਨੇ ਹੋਰ ਇਸ ਤਰ੍ਹਾਂ ਦੀ ਅਪਡੇਟ ਲਈ ਬਣੇ ਰਹੋ ਚੱਕਦੇ ਟੀਵੀ ਦੇ ਨਾਲ।